ਅੱਜ ਜਲੰਧਰ ਵੈਸਟ ਵਿੱਚ ਵੋਟਿੰਗ ਜੋ ਹੋ ਰਹੀ ਹੈ ਉਸ ਤੋਂ ਸਾਫ ਨਜ਼ਰ ਆ ਰਿਹਾ ਹੈਗਾ ਕਿ ਲੋਕਾਂ ਨੇ ਮਨ ਬਣਾ ਲਿਆ ਹੈ। ਲੋਕ ਬਹੁਤ ਸਮਝਦਾਰ ਨੇ, ਉਹਨੂੰ ਪਤਾ ਕਿਹੜੀ ਚੀਜ਼ ਸਾਡੇ ਵਾਸਤੇ ਫਾਇਦੇਮੰਦ ਹੈਗੀ ਹੈ। ਉਹਨਾਂ ਨੇ ਦੇਖਿਆ ਕਿ ਸਾਡੇ ਫਾਇਦੇ 'ਚ ਅਗਰ ਕੋਈ ਹੈਗੀ ਹੈ ਗੱਲ ਤਾਂ ਕੇਵਲ ਆਮ ਆਦਮੀ ਪਾਰਟੀ ਦਾ ਅਗਰ ਉਮੀਦਵਾਰ ਜਿੱਤਦਾ ਹੈਗਾ, MLA ਬਣਦਾ ਹੈਗਾ, ਸਾਡੇ ਕੰਮ ਹੋਣਗੇ, ਵਿਕਾਸ ਦੇ ਕੰਮ ਹੋਣਗੇ, ਉਹਨਾਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋਣਗੀਆਂ। ਇਸ ਤਰ੍ਹਾਂ ਕਿ ਜਨਤਾ ਜੋ ਹੈ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਾਉਣ ਜਾ ਰਹੀ ਹੈ। ਤੁਸੀਂ ਵੋਟ ਪਾਏ ਹੋ, ਮੈਂ ਤਾਂ ਜਾਣਨਾ ਚਾਹੁੰਦਾ ਕਿ ਤੁਹਾਡੇ ਕਿਹੜੇ ਮੁੱਦੇ ਨੇ, ਕਿਹੜੇ ਕਿਹੜੇ ਮੁੱਦੇ ਲੈ ਕੇ ਗਾਂਹ ਤੁਰੇ ਹੋਏ ਹੋ ਤੁਸੀਂ? ਦੇਖੋ, ਇਲੈਕਸ਼ਨ 'ਚ ਮੈਨੂੰ ਦੇਖਣ ਨੂੰ ਆਇਆ ਕਿ ਜਿਹੜੀਆਂ ਮੁੱਢਲੀਆਂ ਲੋੜਾਂ ਨੇ ਉਹ ਪੂਰੀਆਂ ਨਹੀਂ ਹੋ ਰਹੀਆਂ, ਚਾਹੇ ਉਹ ਸੀਵਰੇਜ ਹੈ, ਵਾਟਰ ਸਪਲਾਈ, ਸਟਰੀਟ ਲਾਈਟ ਹੈਗਾ, ਉਹਨਾਂ ਨੂੰ ਪਹਿਲੇ ਹਿੱਸੇ ਦੇ ਆਧਾਰ 'ਤੇ ਪੂਰਾ ਅਸੀਂ ਕਰਾਂਗੇ ਤਾਂ ਕਿ ਲੋਕਾਂ ਨੂੰ ਇੱਕ ਅੱਛਾ ਮਾਹੌਲ ਮਿਲੇ, ਅੱਛੀ ਫੈਸਿਲਿਟੀ ਮਿਲੇ, ਲੋਕਾਂ ਨੂੰ ਅੱਛਾ ਸਵੱਛ ਪਾਣੀ ਪੀਣ ਨੂੰ ਮਿਲੇ ਔਰ ਸਟਰੀਟ ਲਾਈਟ ਹੋਣ, ਜਿਹੜੀਆਂ ਮੁੱਢਲੀ ਲੋੜਾਂ ਨੇ ਪੂਰੀਆਂ ਹੋਣ ਤਾਂ ਕਿ ਆਮ ਆਦਮੀ ਨੂੰ ਜੋ ਨਿਜਾਤ ਮਿਲੇ। ਅੱਛਾ, ਬਸਤੀਆਂ ਦੇ ਵਿੱਚ ਨਸ਼ੇ ਦਾ ਮੁੱਦਾ ਕਿਤੇ ਤੁਸੀਂ ਭੁੱਲ ਤਾਂ ਨਹੀਂ ਗਏ ਹੋ? ਨਹੀਂ ਨਹੀਂ, ਨਸ਼ਾ ਦਾ ਮੁੱਦਾ ਹੈ, ਬਹੁਤ ਮਾੜੀ ਗੱਲ ਹੈ। ਨਸ਼ਾ ਇੱਕ ਸਭ ਦੀ ਬੁਰਾਈ ਦੀ ਮਾਂ ਹੈਗੀ ਹੈ। ਜਿੱਥੇ ਨਸ਼ਾ ਹੋਏਗਾ ਉੱਥੇ ਕ੍ਰਾਈਮ ਹੋਏਗਾ, ਕ੍ਰਾਈਮ ਹੋਏਗਾ ਉੱਥੇ ਲੋਕਾਂ ਦੀ ਸਿਕਿਉਰਟੀ ਨਹੀਂ ਹੋਏਗੀ। ਇਸ ਕਰਕੇ ਇਹਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ ਔਰ ਸਾਡੇ CM ਸਾਹਿਬ ਭਗਵੰਤ ਸਿੰਘ ਮਾਨ ਸਾਹਿਬ ਇਸ ਦਾ ਬਹੁਤ ਸੀਰੀਅਸਲੀ ਇਹਦੇ ਬਾਰੇ ਐਕਸ਼ਨ ਵੀ ਲੈ ਰਹੇ ਨੇ। ਹਜ਼ਾਰਾਂ ਲੋਕਾਂ ਨੂੰ ਉਹਨਾਂ ਅੰਦਰ ਕੀਤਾ ਅਤੇ ਆਉਣ ਵਾਲੇ ਸਮੇਂ 'ਚ ਹੋਰ ਲੋਕਾਂ ਨੂੰ ਅੰਦਰ ਕਰਕੇ ਇਹ ਨਸ਼ੇ ਦੀ ਜੋ ਬੁਰਾਈ ਹੈ ਇਹਨੂੰ ਖਤਮ ਕਰਨਗੇ। ਭਗਤ ਜੀ, ਤੁਸੀਂ ਹੁਣ ਚੋਣ ਮੈਦਾਨ 'ਚ ਉਤਰੇ ਹੈਗੇ, ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵੱਲੋਂ ਸ਼ੀਤਲ ਅੰਗੁਰਾਲ ਵੀ ਰਹੇ ਨੇ ਇੱਥੇ 2-2.5 ਸਾਲ, ਉਦੋਂ ਕੀ ਮਤਲਬ ਕੁਝ ਵੀ ਨਹੀਂ ਹੋਇਆ ਨਸ਼ੇ ਨੂੰ ਲੈ ਕੇ, ਕਿਉਂਕਿ ਉਹ ਬਸਤੀਆਂ ਦਾ ਜਿਹੜਾ ਏਰੀਆ ਸਾਰਾ ਉਹ ਨਸ਼ੇ ਨੂੰ ਲੈ ਕੇ ਤਾਂ ਖਾਸਾ ਬਦਨਾਮ ਹੈ, ਕਿ ਸ਼ੀਤਲ ਅੰਗੁਰਾਲ ਨੇ ਜਾਂ ਆਮ ਆਦਮੀ ਪਾਰਟੀ ਨਹੀਂ ਉਸ ਵੇਲੇ ਕੁਝ ਵੀ ਨਹੀਂ ਕੀਤਾ ਉੱਥੇ? ਤੁਸੀਂ ਬਹੁਤ ਸਮਝਦਾਰ ਹੈਗੇ ਹੋ, ਤੁਸੀਂ ਪੱਤਰਕਾਰ ਹੈਗੇ ਹੋ, ਤੁਸੀਂ ਸਾਰੀ ਸਮਾਜ ਦੀ ਨਬਜ਼ ਨੂੰ ਜਾਣਦੇ ਹੈਗੇ ਹੋ। ਜਿੱਥੇ ਕੋਈ ਬੁਰਾਈ ਹੋਏਗੀ, ਅਗਰ ਉੱਥੇ ਕੋਈ ਸ਼ੈਲਟਰ ਕਿਸੇ ਪੋਲੀਟੀਕਲ ਨਾ ਹੋਏ ਤਾਂ ਬੁਰਾਈ ਪੈਦਾ ਨਹੀਂ ਹੁੰਦੀ। ਇਸ ਕਰਕੇ ਜੋ ਹੈ ਹੁਣ ਆਉਣ ਵਾਲੇ ਸਮੇਂ 'ਚ ਜੋ ਹੈ ਇਹ ਬੁਰਾਈ ਦਾ ਖਾਤਮਾ ਹੋਏਗਾ। ਅੱਛਾ, ਮੈਂ ਇੱਕ ਹੋਰ ਗੱਲ ਪੁੱਛਣੀ ਚਾਹੁੰਦਾ, ਲੰਘੇ ਕੁਝ ਦਿਨ ਤੋਂ ਖਬਰਾਂ ਚੱਲਦੀਆਂ ਸੀ ਕਿ ਬੜੇ ਵਲਾਜ਼ਮਾਤ ਲਿਆਉਂਦੇ ਗਏ ਨੇ, ਕੋਈ ਤਰਲ ਪਦਾਰਥ ਲਿਆਉਂਦੇ ਗਏ ਨੇ, ਕੋਈ ਚੀਜ਼ਾਂ ਵੰਡਣ ਨੂੰ ਲਿਆਉਂਦੀਆਂ ਗਈਆਂ, ਕਿਸ ਤਰ੍ਹਾਂ ਦੇਖਦੇ ਹੋ ਪਹਿਲੀ ਗੱਲ ਤੁਹਾਨੂੰ? ਦੇਖੋ, ਜੋ ਸਾਡੀ ਜਾਣਕਾਰੀ 'ਚ ਹੈਗਾ, ਅਸੀਂ ਕੋਈ ਗੱਲ ਸਾਡੇ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਕੋਈ ਨਹੀਂ ਕੀਤੀ ਜਾ ਰਹੀ। ਇਹ ਸਾਰਾ ਜੋ ਹੈ ਪੜਪੰਜ, ਇਹ ਹਾਰ ਦੇ ਕੇ ਕਾਂਗਰਸ ਔਰ BJP ਨੇ ਇਹ ਡਰਾਮਾ ਕੀਤਾ, ਆਪਣੀ ਗੱਡੀਆਂ ਲੈ ਕੇ ਸੂਟ ਲਿਆ ਲੂ ਕੇ ਸ਼ਰਾਬ ਲਿਆ ਕੇ ਡਰਾਮਾ ਕਰਦੇ ਨੇ, ਇਸ ਕਰਕੇ ਕਿਉਂਕਿ ਉਹ ਹਾਰ ਰਹੇ ਨੇ। ਇਸ ਕਰਕੇ ਇਹਨਾਂ ਕਰਨ ਦੇ ਨਾਲ ਇੱਦਾਂ ਕਰਨ ਨਾਲ ਲੋਕਾਂ ਨੇ ਵੋਟਾਂ ਨਹੀਂ ਪਾਉਣੀਆਂ ਹੈਗੀਆਂ, ਉਹਨਾਂ ਕੇਵਲ ਤਾਂ ਕੇਵਲ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਰਹੀ ਹੈ ਤਾਂ ਕਿ ਲੋਕ ਜਿਹੜੇ ਨੇ ਆਪਣੇ ਕੰਮ ਕਰਾਉਣ, ਤਾਂ ਕਿ ਆਉਣ ਵਾਲੇ ਸਮੇਂ 'ਚ ਇਸ ਇਲਾਕੇ ਦਾ ਵਿਕਾਸ ਹੋਵੇ। ਜੀ, ਹੈਰਾਨੀ ਦੀ ਗੱਲ ਆ, ਅਜੇ ਤੱਕ ਵੀ ਮੀਡੀਆ 'ਚ ਇਹੀ ਗੱਲਾਂ ਚੱਲਦੀਆਂ ਕਿ ਤੁਸੀਂ ਆਏ ਹੋ, ਤੁਹਾਡੇ ਪਿਤਾ ਜੀ BJP ਦੇ ਵਿੱਚ ਹੈਗੇ ਨੇ, ਤੁਹਾਨੂੰ ਆਸ਼ੀਰਵਾਦ ਮਿਲਿਆ, ਉਹ ਹਰ ਇੱਕ ਚੀਜ਼ ਕਾਮਨ ਚੀਜ਼ ਹੈਗੀ ਇੱਕ ਆਮ ਇਨਸਾਨ ਨੂੰ ਹੁੰਦਾ, ਪਰ ਤੁਸੀਂ ਇਹਨਾਂ ਗੱਲਾਂ ਨੂੰ, ਇਹਨਾਂ ਸਵਾਲਾਂ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ? ਅਜੇ ਵੀ ਉਹ ਸਵਾਲ ਖੜਦੇ ਪਏ? ਦੇਖੋ, ਸਵਾਲ ਕਰਨਾ ਜਿਹੜਾ ਹੈਗਾ ਉਹ ਕੋਈ ਵੀ ਸਵਾਲ ਖੜੇ ਕਰ ਸਕਦਾ ਹੈਗਾ। ਵਿਰੋਧੀਆਂ ਦਾ ਕੰਮ ਹੈ ਵਿਰੋਧ ਕਰਨਾ, ਕੋਈ ਨਾ ਕੋਈ ਜਿਹੜਾ ਹੈਗਾ ਐਂਟੀ ਗੱਲ ਕਰਨੀ। ਪਰ ਦੇਖੋ, ਸਾਡਾ ਪਰਿਵਾਰ ਹੈਗਾ, ਮੇਰੇ ਪਿਤਾ ਜੀ BJP 'ਚ ਉਹਨਾਂ ਨੇ ਕੰਮ ਕੀਤਾ, ਹੁਣ ਰਿਟਾਇਰ ਹੋ ਗਏ ਨੇ, ਹੁਣ ਘਰ ਬੈਠੇ ਨੇ ਆਰਾਮ ਨਾਲ, ਠੀਕ ਹੈ। ਉਹਦੇ ਬਾਅਦ ਆਈ ਜੁਆਇਨ ਆਮ ਆਦਮੀ ਪਾਰਟੀ, ਆਈ ਲੈਫਟ BJP, ਹੁਣ ਮੈਂ ਆਮ ਆਦਮੀ ਪਾਰਟੀ 'ਚ ਕੰਮ ਕਰ ਰਿਹਾ। ਮੇਰੇ ਪਿਤਾ ਜੀ ਨੇ ਮੈਨੂੰ ਆਸ਼ੀਰਵਾਦ ਦਿੱਤਾ ਹੈ, ਦੇਣਾ ਹੈ ਹਮੇਸ਼ਾ। ਇੱਕ ਵਾਰੀ ਖੁਸ਼ ਨੇ ਤੁਹਾਡੇ ਪਿਤਾ ਜੀ ਕਿ ਤੁਸੀਂ ਅੱਜ ਆਮ ਆਦਮੀ ਪਾਰਟੀ ਤੋਂ ਚੋਣ ਲੜਦੇ ਪਏ? ਨਹੀਂ, ਮੇਰੇ ਤੋਂ ਪਹਿਲਾਂ ਤੁਸੀਂ ਦੇਖਿਓ ਨਾ, ਮੇਰੇ ਪਿਤਾ ਜੀ ਨੇ ਅਪੀਲ ਵੀ ਕੀਤੀ ਹੈਗੀ ਲੋਕਾਂ ਨੂੰ, ਅਪੀਲ ਕੀਤੀ ਹੈ ਕਿ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਦੇਖਦੇ ਹੋਏ ਮੇਰੇ ਬੇਟੇ ਨੂੰ ਵੋਟ ਪਾਓ, ਤਾਂ ਕਿ ਜੋ ਹੈ ਮੈਂ ਵੀ ਉਹਨਾਂ ਵਾਂਗ ਸੇਵਾ ਕਰ ਸਕਾਂ ਔਰ ਕਰਾਂਗਾ। ਮੈਂ ਪਹਿਲੇ ਵੀ 25-30 ਸਾਲ ਤੋਂ ਲੋਕਾਂ ਦੀ ਸੇਵਾ ਕਰ ਰਿਹਾ ਹੈਗਾ। ਅੱਜ ਚਾਰੇ ਪਾਸੇ ਕੋਈ ਐਸਾ ਆਦਮੀ ਜਿਹੜਾ ਮੈਨੂੰ ਨਾ ਜਾਣਦਾ ਹੋਏ, ਹਰ ਗਲੀ ਹਰ ਕੂਚੇ ਹਰ ਘਰ ਦਾ ਮੈਂ ਵਾਕਫ ਹੈਗਾ ਔਰ ਸਾਰੇ ਮੈਨੂੰ ਜਾਣਦੇ ਨੇ। ਮੈਂ ਸੇਵਾ ਵੀ ਕੀਤੀ ਹੈ, ਅੱਗੋਂ ਵੀ ਕਰਨੀ ਹੈ। ਸਾਡੇ ਪਰਿਵਾਰ ਦੇ ਵਿੱਚ ਕੋਈ ਇੱਕ ਬਿਲਕੁਲ ਅਸੀਂ ਇਕੱਠ ਹੈਗਾ, ਅਸੀਂ ਇੱਕ ਇਗਜ਼ਾਮਪਲ ਹੈਗਾ। ਓਵਰ ਫੈਮਿਲੀ ਇਜ਼ ਏ ਇਗਜ਼ਾਮਪਲ ਇਨ ਦਾ ਸੋਸਾਇਟੀ। ਵੀ ਆਰ ਲਿਵਿੰਗ ਯੂਨਾਈਟ, ਵੀ ਆਰ ਲਿਵਿੰਗ ਟੁਗੈਦਰ ਐਂਡ ਵੀ ਆਰ ਲਿਵਿੰਗ ਨਾਈਸਲੀ, ਵੀ ਰਿਸਪੈਕਟ ਈਚ ਅਦਰ।
ਅੱਛਾ, ਮੈਂ ਅੰਤ ਵਿੱਚ ਆਹੀ ਪੁੱਛਾਂਗਾ ਕਿ ਕੀ ਸ਼ੀਤਲ ਲੰਗੋਰਾਲ ਦੀ ਜਿਹੜੀ ਲੈਗੇਸੀ ਹੁਣ ਤੱਕ 2.5 ਸਾਲ ਦੀ ਭਾਵੇਂ ਲਈ ਰਹੀ ਹੈ, ਕੀ ਉਹਨਾਂ ਨੂੰ ਤੁਸੀਂ ਤੋੜ ਸਕੋਗੇ ਔਰ ਕੀ ਤੁਸੀਂ ਲੈ ਸਕੋਗੇ ਸੀਟ? ਦੇਖੋ, ਜਿਹੜਾ ਆਦਮੀ ਅਸਤੀਫਾ ਦੇ ਜਾਵੇ, ਲੋਕ ਦੁਖੀ ਹੋ ਕੇ ਕੋਈ ਛੁਟਕਾਰਾ ਪਾਉਣਾ ਚਾਹੁਣ, ਅਗਰ ਅੱਜ ਭਾਰੀ ਬਹੁਮਤ ਦਾ ਵੋਟਾਂ ਮੈਨੂੰ ਲੋਕ ਪਾ ਰਹੇ ਨੇ, ਆਮ ਆਦਮੀ ਨੂੰ ਪਾ ਰਹੇ ਨੇ, ਇਹਦਾ ਮਤਲਬ ਸਬੂਤ ਹੈਗਾ ਕਿ ਉਹ ਪਹਿਲੇ ਨੂੰ ਪਸੰਦ ਨਹੀਂ ਕਰਦੇ, ਉਹਦੇ ਵਾਰ ਨਾਟ ਹੈਪੀ। ਔਰ ਇਸ ਮਾਮਲੇ ਨੂੰ ਲੈ ਕੇ ਫਿਲਹਾਲ ਮੇਰੇ ਨਾਲ ਮਹਿੰਦਰ ਭਗਤ, ਮਹਿੰਦਰ ਭਗਤ ਜੀ ਹੁਣੇ ਵੋਟ ਕਾਸਟ ਕਰਕੇ ਆਏ ਨੇ, ਹੋਰ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਕੈਂਡੀਡੇਟ ਫਿਲਹਾਲ ਚੋਣ ਮੈਦਾਨ 'ਚ ਉਤਰੇ ਹੋਏ ਨੇ ਉਹ ਵੀ ਆਪਣਾ ਵੋਟ ਕਾਸਟ ਕਰਨਗੇ, ਔਰ ਆਉਂਦੇ ਸਮੇਂ ਨੂੰ ਕੀ ਬਣਦਾ ਚੋਣਾਂ ਦੇ ਵਿੱਚ ਔਰ ਇਸ ਦਾ ਨਤੀਜਾ ਕੀ ਨਿਕਲ ਕੇ ਆਉਂਦਾ ਉਹ ਵੀ ਦੱਸਾਂਗੇ। ਬਣੇ ਰਹੋ ਵਨ ਇੰਡੀਆ ਪੰਜਾਬੀ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।